ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚੁਕਮਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਵਿਚਕਾਰ ਜੋ ਹੈ ਇੱਕ ਯੰਗ ਚਿਹਰਾ ਨਜ਼ਰ ਆਉਂਦਾ ਅਤੇ ਇਹ ਯੰਗ ਚਿਹਰਾ ਹਰ ਪਾਸੇ ਨਜ਼ਰ ਆਉਂਦਾ ਅਤੇ ਵੀਡੀਓਜ਼ ਤਸਵੀਰਾਂ ਵਾਇਰਲ ਹੁੰਦੀਆਂ ਨੇ ਇਹ ਯੰਗ ਚਿਹਰਾ ਹੈ ਪਰਮਿੰਦਰ ਸਿੰਘ ਬਰਾੜ ਕਿ ਇਸ ਵੇਲੇ ਸਵਾਲ ਬਹੁਤ ਜ਼ਿਆਦਾ ਉੱਠ ਰਹੇ ਨੇ ਪਹਿਲੇ ਕਿਹਾ ਜਾ ਰਿਹਾ ਸੀ ਭਾਜਪਾ ਦੇ ਕੋਲ ਜ਼ਿਆਦਾ ਚਿਹਰੇ ਨਹੀਂ ਸੀ ਨਾਮੀ ਚਿਹਰੇ ਨਹੀਂ ਸੀ ਭਾਈਵਾਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁਣ ਗੱਲ ਆਉਂਦੀ ਹੈ ਜਦ ਭਾਜਪਾ ਕਾਂਗਰਸ ਦੇ ਵੱਡੇ ਵੱਡੇ ਲੀਡਰਸ ਨੂੰ ਲੈ ਕੇ ਆ ਰਿਹਾ ਅਗਰ ਪਿਛੋਕੜ ਦੀ ਗੱਲ ਕੀਤੀ ਜਾਏ ਤਾਂ ਅਜਿਹੇ ਵੱਡੇ ਨਾਂ ਸ਼ਾਮਿਲ ਹੋ ਗਏ ਲੱਗਦਾ ਕਿ ਭਾਜਪਾ ਦੇ ਵਿਚਕਾਰ ਇੱਕ ਟਾਈਮ ਦੇ ਵਿਚਕਾਰ ਕਾਂਗਰਸ ਦੇ ਵੱਡੇ ਲੀਡਰ ਜਿਹੇ ਨਜ਼ਰ ਆਉਣਗੇ ਪੂਰੇ ਤੁਸੀਂ ਦੇਖੋ ਕਿੰਨਾ ਘੱਟ ਸਮਾਂ ਹੋਇਆ ਵਿਧਾਨ ਸਭਾ ਦੀ ਇਲੈਕਸ਼ਨ ਨੂੰ ਖਤਮ ਹੋਏ ਵਿਧਾਨ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਵੀ ਬੜੇ ਵੱਡੇ ਵੱਡੇ ਚਿਹਰੇ ਜੁਆਇਨ ਕੀਤੇ ਹੈ ਅਤੇ ਹੁਣ ਵੀ ਤੁਸੀਂ ਦੇਖੋ ਕਿੰਨੇ ਵੱਡੇ ਚਿਹਰੇ ਜੁਆਇਨ ਕੀਤੇ ਹੈ ਇਹ ਸਿਰਫ ਔਰ ਸਿਰਫ ਜਿਹੜਾ ਮੈਂਡੇਟ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਦਿੱਤਾ ਸੀ ਅਤੇ ਉਸ 'ਤੇ ਖਰਾ ਨਾ ਉਤਰ ਪਾਏ ਅਤੇ ਲੋਕਾਂ ਨੂੰ ਇੱਕ ਇਹੀ ਲੱਗਦਾ ਕਿ ਸਿਰਫ ਭਾਰਤੀ ਜਨਤਾ ਪਾਰਟੀ ਇਹੋ ਜਿਹੀ ਪਾਰਟੀ ਹੈ ਜਿਹੜੀ ਲੋਕਾਂ ਦੇ ਲਾਅ ਐਂਡ ਆਰਡਰ ਨੂੰ ਪੰਜਾਬ ਦੇ ਵਿੱਚ ਮੇਨਟੇਨ ਕਰ ਸਕੂਗੀ ਲੋਕਾਂ ਦਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕੂਗੀ ਅੱਜ ਦੀ ਲੋੜ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਸਿਕਿਉਰਿਟੀ ਦੀ ਲਾਅ ਐਂਡ ਆਰਡਰ ਕਿਉਂਕਿ ਜਦ ਸਾਰੇ ਜੁਆਇਨ ਕਰ ਰਹੇ ਸੀ ਕਿਤੇ ਨਾ ਕਿਤੇ ਸਵਾਲ ਵਿਰੋਧੀ ਚੱਕ ਰਹੇ ਸੀ ਨਾਲ ਨਾਲ ਕਾਂਗਰਸ ਵੀ ਇਹ ਸੋਚ ਰਹੀ ਸੀ ਆਖਿਰ ਲੀਡਰਸ਼ਿਪ ਵੱਡੀ ਲੀਡਰਸ਼ਿਪ ਕਿਉਂ ਜਾ ਰਹੀ ਹੈ ਕੀ ਇਹਦੇ ਪਿੱਛੇ ਜੇ ਹੈ ਈਡੀ ਦਾ ਹੱਥ ਹੈ ਦੇਖੋ ਇਹ ਇਹੀ ਸੋਚੀ ਗਏ ਆ ਪਿਛਲੇ 8 ਸਾਲ ਤੋਂ ਕਿ ਇਹਦੇ ਪਿੱਛੇ ਈਡੀ ਹੈ ਇਹਦੇ ਪਿੱਛੇ ਸੀਬੀਆਈ ਹੈ ਇਹਨਾਂ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਆਪ ਤਾਂ ਕਰਨਾ ਕੱਖ ਨਹੀਂ ਬਸ ਇਹ ਕਹਿ ਦੇਣਾ ਈਡੀ ਆ ਗਈ ਜੀ ਕੀ ਕੀਤਾ ਅੱਜ ਤੱਕ ਈਡੀ ਨੇ ਕਿਹੜੇ ਬੰਦੇ ਦੇ ਤੁਸੀਂ ਮੈਨੂੰ ਨਾਮ ਦਿਓ ਵੀ ਆਹ ਬੰਦੇ ਨੂੰ ਈਡੀ ਲੈ ਕੇ ਆਈ ਹੈ ਇਹ ਲੋਕ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਪਾਲਿਸੀਜ਼ ਹੈ ਉਹਨਾਂ ਦੀ ਜਿਹੜੀ ਆਈਡੀਓਲੋਜੀ ਆ ਉਹਨੂੰ ਦੇਖ ਕੇ ਜੁਆਇਨ ਕਰ ਰਹੇ ਇਹਨਾਂ ਨੂੰ ਕਿਹੜੇ ਨੂੰ ਈਡੀ ਦਾ ਖਤਰਾ ਇਹ ਤਾਂ ਕਹਿਣ ਨੂੰ ਹੋ ਗਿਆ ਨਾ ਕਰਨਾ ਕੁਛ ਹੈ ਨਹੀਂ ਆਪਾਂ ਤਾਂ ਈਡੀ ਕਹਿ ਦਿਓ ਬੰਦੇ ਸਾਹਮਣੇ ਨਹੀਂ ਜਾਂਦੇ ਮਿਲਣਾ ਕਿਸੇ ਨੂੰ ਨਹੀਂ ਕੰਮ ਕਿਸੇ ਨੂੰ ਨਹੀਂ ਕਰਨਾ ਹੰਕਾਰੀ ਲੋਕ ਹੈ ਕਿਵੇਂ ਦੇਖਦੇ ਹੋ ਸਾਧੂ ਸਿੰਘ ਧਰਮਸੋਤ ਦੀ ਅਜੇ ਹੈ ਗ੍ਰਿਫਤਾਰੀ ਹੋਈ ਹੈ ਕਰਪਸ਼ਨ ਦੇ ਚਾਰਜਸ ਲੱਗੇ ਨੇ ਕਾਫੀ ਚਿਰ ਤੋਂ ਆਵਾਜ਼ ਉੱਠ ਰਹੀ ਸੀ ਕਿ ਉਹ ਘਪਲੇ ਦੇ ਉੱਤੇ ਜੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਹੁਣੀ ਇਹ ਜਦ ਕਾਰਵਾਈ ਹੁੰਦੀ ਹੈ ਤਾਂ ਰਾਜਾ ਵੜਿੰਗ ਟਵੀਟ ਕਰਦੇ ਨੇ ਕਿਤੇ ਨਾ ਕਿਤੇ ਮੁੱਦਾ ਜੋ ਸਿੱਧੂ ਮੂਸੇਵਾਲੇ ਦੀ ਮੌਤ ਦਾ ਮੁੱਦਾ ਉਹਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਦੇਖੋ ਜਿਹਨੇ ਕੋਈ ਕਰਪਸ਼ਨ ਕੀਤੀ ਹੈ ਜਾਂ ਜਿਹੜਾ ਕਰੂਗਾ ਭਾਰਤੀ ਜਨਤਾ ਪਾਰਟੀ ਉਹਦੇ ਹਮੇਸ਼ਾ ਉਲਟ ਰਹੀ ਹੈ ਕਰਪਸ਼ਨ ਦੇ ਖਿਲਾਫ ਰਹੀ ਹੈ ਇਹਨਾਂ ਦੀ ਵਿਚਾਰਧਾਰਾ ਇਹ ਹੈ ਕਿ ਕਰਪਸ਼ਨ ਕਦੇ ਵੀ ਬਰਦਾਸ਼ਤ ਨਹੀਂ ਹੋਊਗੀ ਜੇ ਉਹਨਾਂ ਨੇ ਕਰਪਸ਼ਨ ਕੀਤੀ ਹੈ ਤਾਂ ਕੋਰਟ ਉਹਨਾਂ ਨੂੰ ਸਜ਼ਾ ਦੇਊਗਾ ਕਿਵੇਂ ਦੇਖਦੇ ਬਜਟ ਸੈਸ਼ਨ ਦਾ ਵੀ ਐਲਾਨ ਹੋ ਚੁੱਕਿਆ ਅਤੇ ਮਾਨ ਸਾਹਿਬ ਦਾ ਕਹਿਣਾ ਹੈ ਇਸ ਵਾਰ ਜੇ ਬਜਟ ਹੈ ਲੋਕਾਂ ਦੇ ਪਸੰਦ ਦੇ ਨਾਲ ਲੋਕਾਂ ਦੇ ਮਸ਼ਵਰੇ ਦੇ ਨਾਲ ਜਿਹਾ ਬਣਾਇਆ ਗਿਆ ਉਹ ਮਾਨ ਸਾਹਿਬ ਤਾਂ ਕਹਿਣਾ ਚਾਹੁੰਦੇ ਆ ਨਾ ਵੀ ਕੱਲ੍ਹ ਨੂੰ 2 ਮਹੀਨਿਆਂ 'ਚ 7,000-8,000 ਕਰੋੜ ਦਾ ਕਰਜ਼ਾ ਲੈ ਲਿਆ ਪੰਜਾਬ 'ਤੇ ਮਤਲਬ ਆਉਂਦੇ 5 ਸਾਲਾਂ 'ਚ 60 ਮਹੀਨਿਆਂ 'ਚ 3.5 ਲੱਖ ਦਾ ਅੱਗੇ ਕਰਜ਼ਾ ਸੀ 4 ਲੱਖ ਦਾ ਇਹ ਚੜਾ ਜਾਣਗੇ ਅਤੇ ਜੇ ਕੱਲ੍ਹ ਨੂੰ ਕੋਈ ਪੁੱਛੂਗਾ ਮਾਨ ਸਾਹਿਬ ਵੀ ਇਹ ਕੀ ਕਾਰਨ ਹੈ ਉਹ ਕਹਿਣਗੇ ਜੀ ਇਹ ਤਾਂ ਲੋਕਾਂ ਨੇ ਬਣਾਇਆ ਸੀ ਹੁਣ ਅਸੀਂ ਤਾਂ ਜੋ ਲੋਕਾਂ ਨੇ ਕਿਹਾ ਕਰਤਾ ਕਰੋੜਾਂ ਰੁਪਏ ਦਾ ਕਰਜ਼ਾ ਚੜਾਈ ਜਾਂਦੇ ਕੋਈ ਪਾਲਿਸੀ ਨਹੀਂ ਕੋਈ ਸਮਝ ਨਹੀਂ ਕਿਵੇਂ ਸਟੇਟ ਚਲਾਉਣੀ ਹੈ ਇਹ ਸਟੇਜ ਨਹੀਂ ਇਹ ਸਟੇਟ ਹੈ ਕਿਵੇਂ ਦੇਖਦੇ ਕਿਉਂਕਿ ਇਸ ਵੇਲੇ ਅਪਰਾਧ ਦੀ ਸ਼ਾਖਾ ਜਾਂ ਕਹੀਏ ਕਿ ਮੁੰਬਈ ਸੀ ਅੰਡਰਵਰਲਡ ਦੀ ਦੁਨੀਆ ਸੀ ਹੁਣ ਪੰਜਾਬ ਵੀ ਉਹੀ ਬਣਦਾ ਜਾ ਰਿਹਾ ਜਿੱਥੇ ਨਸ਼ਾ ਰੰਗਦਾਰੀ ਜਿੱਥੇ ਕਿਸੇ ਨੂੰ ਜਾਣੋ ਮਾਨ ਧਮਕੀ ਦੇਣੀ ਗੈਂਗਸਟਰ ਵੱਡੇ ਵੱਡੇ ਉੱਥੇ ਰਹਿੰਦੇ ਸੀ ਹੁਣ ਪੰਜਾਬ ਦਾ ਜਿਸ ਤਰ੍ਹਾਂ ਦਾ ਮਾਹੌਲ ਹੈ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿਚਕਾਰ ਵੀ ਗੜ ਬਣਦਾ ਜਾ ਰਿਹਾ ਦੇਖੋ ਇਹ ਨਾਕਾਮੀ ਸਿਰਫ ਔਰ ਸਿਰਫ ਭਗਵੰਤ ਮਾਨ ਸਰਕਾਰ ਦੀ ਆਪਾਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ ਬਈ ਹੈੱਡ ਲੱਗ ਗਿਆ ਜੀ ਸਾਰੇ ਅਖਬਾਰਾਂ 'ਚ ਦੇਤਾ ਜੀ ਅਸੀਂ ਇੱਥੇ ਗੈਂਗਸਟਰਵਾਦ ਖਤਮ ਕਰ ਦਿਆਂਗੇ ਜਿੱਦਣ ਸਿੱਧੂ ਮੂਸੇਵਾਲਾ ਜੀ ਦੀ ਡੈਥ ਹੋਈ ਹੈ ਬਾਕੀ ਕਿਸੇ ਵੀ ਪੰਜਾਬੀ ਦੀ ਡੈਥ ਹੋਈ ਹੈ ਕਤਲ ਹੋ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਦੱਸੋ ਇੱਕ ਵੀ ਬਿਆਨ ਕਿਸੇ ਜਿਹੜੀ ਇਹਨਾਂ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੇ ਮੁਖੀ ਦਾ ਆਇਆ ਉਹਨਾਂ ਨੇ ਕੋਈ ਐਕਸ਼ਨ ਲਿਆ ਕੋਈ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਕੇ ਤੁਸੀਂ ਇਸ ਨੂੰ ਸਾਂਭੋ ਇਹਨੂੰ ਸੋਲਵ ਕਰੋ ਜ਼ਿੰਮੇਵਾਰੀ ਦੇਣ ਲਈ ਨਵੀਂ ਸਿੱਟ ਬਣਾ ਦਿੰਦੇ ਆ ਪਰ ਇਹਦਾ ਮਤਲਬ ਇਹ ਤਾਂ ਸਿਰਫ ਅਖਬਾਰੀ ਇਸ਼ਤਿਹਾਰ ਦੇਣ ਲਈ ਹੈ ਨਾ ਕਿ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ ਐਡੀ ਸੈਂਸਿਟਿਵ ਸਟੇਟ ਹੈ ਐਡਾ ਸੈਂਸਿਟਿਵ ਸੂਬਾ ਹੈ ਉਹਦੇ ADGP ਲਾਅ ਐਂਡ ਆਰਡਰ ਦੀ ਪੋਸਟ ਖਾਲੀ ਪਈ ਹੈ ਪਤਾ ਹੀ ਨਹੀਂ ਸਰਕਾਰਾਂ ਜਦੋਂ ਹੁਕਮ ਦਿੱਲੀ ਆਉਣੇ ਆ ਤੇ ਕੀ ਕਰਨਗੇ ਮਤਲਬ ਤੁਹਾਡਾ ਸਿੱਧਾ ਕਹਿਣਾ ਹੈ ਕਿ ਮਾਨ ਸਰਕਾਰ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਹੈ ਇਸ ਤੋਂ ਇਲਾਵਾ ਕੁਝ ਵੀ ਨਹੀਂ ਇਹ ਤਾਂ ਸਿੱਧ ਹੋ ਗਿਆ ਜੀ ਤੁਸੀਂ ਦੱਸ ਦਿਓ ਜਿੱਦਣ ਦੀ ਸਰਕਾਰ ਆਈ ਹੈ ਜਿੰਨੀਆਂ ਅਨਾਊਂਸਮੈਂਟਸ ਕੀਤੀਆਂ ਸਿਰਫ ਔਰ ਸਿਰਫ ਇਸ਼ਤਿਹਾਰ ਲਾਏ ਤੇ ਇਸ਼ਤਿਹਾਰ ਲਾ ਕੇ ਅੱਜ ਪੰਜਾਬ ਤੇ 8,000 ਕਰੋੜ ਦਾ ਕਰਜ਼ਾ ਚੜਾਤਾ ਕੀਤਾ ਕੀ ਹੈ ਕੋਈ ਪੰਜਾਬੀ ਦੱਸੇ ਉਹਨੂੰ ਕਰਪਸ਼ਨ ਤੋਂ ਨਜ਼ਾਤ ਮਿਲੀ ਹੈ ਕਿੰਨੇ ਗੁਣਾ ਕਰਪਸ਼ਨ ਵੱਧ ਗਈ ਹੈ ਰੇਤੇ ਦੀ ਗੱਲ ਕਰਦੇ ਸੀ ਕਿੰਨੇ ਗੁਣਾ ਰੇਤਾ ਵੱਧ ਗਿਆ ਇੰਪਲੋਈਜ਼ ਦੀ ਗੱਲ ਕਰਦੇ ਸੀ ਇੰਪਲੋਈਜ਼ ਨੂੰ ਪੱਕੇ ਕਰਾਂਗੇ ਕਿੰਨੇ ਗੁਣਾ ਇੱਕ ਵੀ ਇੰਪਲੋਈ ਪੱਕਾ ਕੀਤਾ ਕੋਈ ਨਵੀਂ ਰਿਕਰੂਟਮੈਂਟ ਹੋਈ ਹੈ ਹਾਲਾਤ ਇਹ ਹੈ ਇਹਨਾਂ ਦੇ ਮੰਤਰੀਆਂ ਦੇ ਇਹਨਾਂ ਦੇ MLAਆਂ ਦੇ ਘਰਾਂ ਦੇ ਬਾਹਰ ਇਹਨਾਂ ਦੇ ਵਰਕਰ ਧਰਨੇ ਲਾ ਰਹੇ ਹਜੇ ਪਬਲਿਕ ਨੇ ਨਹੀਂ ਲਾਉਣੇ ਸ਼ੁਰੂ ਕੀਤੇ ਵਰਕਰ ਧਰਨੇ ਲਾ ਰਹੇ ਆ ਵੀ ਅਸੀਂ ਤਾਂ ਤੁਹਾਨੂੰ ਬਣਾ ਕੇ ਗਲਤੀ ਕਰ ਲਈ ਤੁਸੀਂ ਤਾਂ ਸਾਨੂੰ ਨਹੀਂ ਮਿਲਦੇ ਤੁਸੀਂ ਤਾਂ ਸਾਨੂੰ ਬਾਹਰ ਬਹਿਣ ਨੂੰ ਆਉਂਦੇ ਹੋ
ਇਹ ਹਾਲਾਤ ਹੈ। ਮਾਨ ਸਾਹਿਬ ਕੋਲ ਕੋਈ ਅਥਾਰਟੀ ਨਹੀਂ, ਤੁਸੀਂ ਪ੍ਰੈਸ ਵਾਲੇ ਹੋ, ਤੁਸੀਂ ਦੱਸੋ ਕਿ ਮਾਨ ਸਾਹਿਬ ਜਿੱਦਣ ਦੇ ਮੁੱਖ ਮੰਤਰੀ ਬਣੇ ਕਿਸੇ ਪ੍ਰੈਸ ਵਾਲੇ ਨਾਲ ਸਿੱਧੀ ਗੱਲ ਕੀਤੀ ਹੋਵੇ। ਅੱਗੇ ਆਉਂਦੇ ਸੀ, ਮੈਂ ਤਾਂ ਜੀ ਬੜਾ ਆਮ ਇਨਸਾਨ ਹੈ, ਇਕੱਲਾ ਗੱਡੀ 'ਚ ਘੁੰਮਦਾ, ਮੈਨੂੰ ਕਿਸੇ ਸਿਕਿਉਰਿਟੀ ਗਾਰਡ ਦੀ ਲੋੜ ਨਹੀਂ, ਜਿਹੜਾ ਮਰਜ਼ੀ ਮੈਨੂੰ ਸਵਾਲ ਕਰ ਲਿਆ। ਅੱਜ ਕਿਉਂ ਭੱਜਦੇ ਆ ਪ੍ਰੈਸ ਵਾਲਿਆਂ ਤੋਂ? ਕਿਉਂਕਿ ਦਿੱਲੀ ਦੇ ਆਕਾ ਬੈਠੇ ਕਹਿੰਦੇ ਆ ਮਾਨ ਸਾਹਿਬ ਆ ਇੰਨਾ ਲਿਖ ਕੇ ਭੇਜਤਾ, ਇਦੂ ਵੱਧ ਨਹੀਂ ਬੋਲਣਾ, ਟੈਲੀਪ੍ਰੋਮਟਰ 'ਤੇ ਜਾਓ ਬੋਲੋ, ਉਹਨਾਂ ਦੀ ਵੀਡੀਓ ਦਿੱਲੀ ਨੂੰ ਐਡਿਟ ਹੁੰਦੀ ਆ ਵੀ ਆਹ ਲਾਈਨ ਗਲਤ ਬੋਲਤੀ, ਕੱਟੋ, ਅਤੇ ਉਹ ਮੀਡੀਆ ਨੂੰ ਰਿਲੀਜ਼ ਕਰ ਦਿੰਦੇ। ਮਿਲਣੀ ਕਿਸੇ ਨੂੰ ਨਹੀਂ ਦਿੰਦੇ, ਜੇ ਕਿਸੇ ਨੇ ਮਿਲਣਾ ਉਹਦੀਆਂ ਲਿਸਟਾਂ ਬਣਦੀਆਂ, ਦਿੱਲੀ ਵਾਲੇ ਸਾਹਮਣੇ ਬਹਿੰਦੇ ਆ, ਸਾਹਮਣੇ ਬਹਿ ਕੇ ਉਹ ਆਡੈਂਟੀਫਾਈ ਕਰਦੇ ਕਿਹੜੇ ਬੰਦੇ ਮਿਲਣਗੇ, ਉਹਨੂੰ ਮਿਲਣ ਦਿੰਦੇ ਆ, ਇਕੱਲੇ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੇ। ਮੈਂ ਤਾਂ ਹੱਥ ਜੋੜ ਕੇ ਮਾਨ ਸਾਹਿਬ ਨੂੰ ਬੇਨਤੀ ਕਰਦਾ, ਮਾਨ ਸਾਹਿਬ ਪੰਜਾਬੀਆਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਸੀ, ਇਤਿਹਾਸ ਸਿਰਜਿਆ ਸੀ, ਵਿਸ਼ਵਾਸ ਦਿਖਾਇਆ ਸੀ ਤੁਹਾਡੇ 'ਚ ਕਿ ਤਕੜੇ ਹੋ। ਅੱਜ ਪੰਜਾਬੀਆਂ ਨੂੰ ਦਿੱਲੀ ਵਾਲਿਆਂ ਦੇ ਹੱਥ ਦੀ ਕਠਪੁਤਲੀ ਨਾ ਬਣਾਓ, ਕਮਾਨ ਆਪਣੇ ਹੱਥ 'ਚ ਸੰਭੋ। ਦਿੱਲੀ ਵਾਲਿਆਂ ਨੇ ਲਾਸ਼ਾਂ 'ਤੇ ਰਾਜਨੀਤੀ ਕਰਨੀ ਹੈ, ਆਪਾਂ ਲੋਕਾਂ ਦੇ ਪੁੱਤ ਨਾ ਮਰਵਾਈਏ, ਆਪਾਂ ਇਹ ਰਾਜਨੀਤੀ ਨਾ, ਗੰਦੀ ਰਾਜਨੀਤੀ ਨਾ ਕਰੀਏ। ਤੁਸੀਂ ਪੰਜਾਬੀ ਹੋ, ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਲੱਗਾਂਗੇ, ਪੰਜਾਬ ਨਾਲ ਲੱਗੂਗਾ। ਪਰਵਾਹ ਨਾ ਕਰੋ, ਦਿੱਲੀ ਵਾਲਿਆਂ ਦੀ ਕਮਾਨ ਆਪਣੇ ਹੱਥ 'ਚ ਲਓ। ਤਹਿਸੀਲਦਾਰ ਧਰਨੇ ਨੂੰ ਲੈ ਕੇ ਵੀ ਕੱਲ੍ਹ ਬਿਆਨ ਆਇਆ, ਕਿਹਾ ਗਿਆ ਕਿ ਗੈਰ ਕਾਨੂੰਨੀ ਹੈ, ਨੋ ਵਰਕ ਨੋ ਪੇ, ਕਿਵੇਂ ਦੇਖੋ? ਬਿਆਨ ਇਹੋ ਜਿਹੇ ਆਉਂਦੇ ਹੈ, ਇਹਨਾਂ ਦੇ ਪਿੱਛੇ ਜੇ ਐਜੂਕੇਸ਼ਨ ਮਿਨਿਸਟਰ ਨੇ ਤਾਂ ਚਿੱਠੀ ਕੱਢਤੀ ਸੀ ਵੀ ਕੋਈ ਦਿੰਦਾ ਤਾਂ ਫੜ ਕੇ ਪਰਚਾ ਦਿਓ, ਸਸਪੈਂਡ ਕਰ ਦਿਓ। ਕਮਾਲ ਹੋ ਗਈ, ਇਹ ਉਹੀ ਇੰਪਲੋਇਜ਼ ਆ ਜਿਨ੍ਹਾਂ ਦੇ ਨਾਲ ਧਰਨਿਆਂ 'ਤੇ ਜਾ ਕੇ ਤੁਸੀਂ ਬਹਿੰਦੇ ਸੀ, ਅੱਜ ਇਹੀ ਤੁਹਾਨੂੰ ਬਗਾਨੇ ਲੱਗਣ ਲੱਗ ਪਏ, ਇਹੀ ਤੁਹਾਨੂੰ ਧਾੜਵੀ ਲੱਗਣ ਲੱਗ ਪਏ, ਗਲਤ ਹੈ ਇਹ। ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰੇ, ਧਰਨੇ ਲਗਾਤਾਰ ਜਾਰੀ ਨੇ, ਤੁਸੀਂ ਕਹਿੰਦੇ ਹੋ ਕਿ ਮਾਨ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਸਾਰਾ ਤਾਂ ਸਾਰਾ ਸਿਰਫ ਕੇਜਰੀਵਾਲ ਜੀ ਕਰ ਰਹੇ ਨੇ, ਉਹ ਤਾਂ ਸਾਹਮਣੇ ਇੱਕ ਚਿਹਰਾ ਹੈ, ਇਸ ਚਿਹਰੇ ਦੇ ਪਿੱਛੇ ਕੰਮ ਕੋਈ ਹੋਰ ਕਰ ਰਿਹਾ। ਅੱਜ ਤੱਕ ਜਿੰਨੇ ਵੀ ਐਲਾਨ ਹੋਏ, ਜਿੰਨੀ ਵੱਡੀ ਕਾਰਵਾਈਆਂ ਹੋਈ ਹੈ, ਉਹ ਸੀਐਮ ਮਾਨ ਨੇ ਨਹੀਂ ਕੀਤੀ, ਕੇਜਰੀਵਾਲ ਸਾਹਿਬ ਨੇ ਕੀਤੀ ਹੈ। ਕਾਰਵਾਈਆਂ ਤਾਂ ਹੋਈਆਂ ਹੀ ਕੋਈ ਨਹੀਂ, ਹਜੇ ਤਾਂ ਡੀਲਾਂ ਹੋ ਰਹੀਆਂ, ਸ਼ਰਾਬ ਦੀ ਪਾਲਿਸੀ ਆ ਰਹੀ ਹੈ, ਉਹਦੀ ਡੀਲ ਚੱਲ ਰਹੀ ਹੈ ਵੀ ਇਹ ਕਿਵੇਂ ਬਣਾ ਕੇ ਨੈਕਸਸ ਦਿੱਤਾ ਜਾਊਗਾ। ਮਾਨ ਸਾਹਿਬ ਤਾਂ ਉਹਦੇ 'ਚੋਂ ਬਾਹਰ ਹੈ, ਆਉਂਦੇ ਦਿਨਾਂ 'ਚ ਆਉਣੀ ਆ, ਪੜ੍ਹਿਓ ਪਾਲਿਸੀ ਤੁਸੀਂ, ਕਿੱਡਾ ਵੱਡਾ ਨੈਕਸਸ ਬਣ ਰਿਹਾ ਸ਼ਰਾਬ ਦੀ ਪਾਲਿਸੀ ਦਾ, ਕਿਵੇਂ ਵੱਡੇ ਠੇਕੇਦਾਰਾਂ ਨੂੰ, ਆਮ ਠੇਕੇਦਾਰਾਂ ਨੂੰ ਖਤਮ ਕੀਤਾ ਜਾ ਰਿਹਾ, ਕਿਵੇਂ ਰੇਤੇ ਦੇ ਠੇਕੇ ਬਾਹਰ ਵੇਚੇ ਗਏ ਹੈ, ਤੁਸੀਂ ਚੈੱਕ ਤਾਂ ਕਰੋ। ਉਹ ਤਾਂ ਸੌਦੇਬਾਜ਼ੀਆਂ ਕਰ ਰਿਹਾ, ਮਾਨ ਸਾਹਿਬ ਤਾਂ ਇੱਕ ਚਿਹਰਾ ਬਣਾ ਕੇ ਬੈਠੇ ਆ ਵੀ ਜਾ ਕੇ ਬੈਠੋ, 7 ਵਜੇ ਤੋਂ ਬਾਅਦ ਆਪਦਾ ਪੈਗ ਲਾਓ, ਇੰਜੋਏ ਕਰੋ, ਸਾਨੂੰ ਤੰਗ ਨਾ ਕਰੋ। ਲੇਕਿਨ ਰਾਘਵ ਚੱਡਾ ਤਾਂ ਕਹਿੰਦੇ ਨੇ ਕਿ ਅੱਜ ਜਿਵੇਂ ਧਰਮਸੋਤ ਦੀ ਹੋਈ, ਕਰਪਸ਼ਨ ਨੋਟ ਟੋਲਰੈਂਟ ਫੋਰ ਸੀਐਮ ਮਾਨ, ਜੋ ਵੀ ਕਰਪਸ਼ਨ ਕਰੇਗਾ ਭਾਵੇਂ ਆਪਣਾ ਹੋਏ ਜਾਂ ਬਗਾਨਾ, ਉਹ ਅੰਦਰ ਜਾਊਗਾ। ਦੇਖੋ ਇਹਨਾਂ ਕੋਲ 92 MLA ਹੈ, ਇਹਨਾਂ ਨੇ ਇੱਕ ਇੱਕ ਕਰਕੇ ਝਟਕਾਈ ਜਾਣਾ, ਇਹਦੇ 2 ਫਾਇਦੇ ਹੋਣੇ ਇਹਨਾਂ ਨੂੰ। ਪਹਿਲਾ ਕਿ ਕੋਈ ਹੋਰ ਮੰਤਰੀ ਬਣਨ ਨੂੰ ਨਹੀਂ ਭੱਜੂਗਾ, ਜੇ ਕੋਈ ਮੰਤਰੀ ਬਣ ਜਾਂਦਾ ਤਾਂ ਉਹ ਆ ਕੇ ਤੰਗ ਨਹੀਂ ਕਰੂਗਾ ਵੀ ਭਾਈ ਕਿਤੇ ਇਹ ਮੈਨੂੰ ਨਾ ਟੰਗ ਦੇਣ। ਦੂਜਾ, ਇਹ ਸਾਰੇ ਕਿਤੇ ਇਸ਼ਤਿਹਾਰ ਦੇ ਸਕਣਗੇ, ਹਮ ਤੋ ਕਰਪਸ਼ਨ ਬਰਦਾਸ਼ਤ ਨਹੀਂ ਜੀ ਕਰੇਂਗੇ। ਇਹੀ ਕੇਜਰੀਵਾਲ ਸਾਹਿਬ ਸੀ ਜਿਹੜੇ ਆਉਂਦੇ ਸੀ ਕਿ ਮੇਰੇ ਪਾਸ ਤੋਂ ਪੂਰਾ ਪਲਾਨ ਬਣਾ, ਮੇਰੇ ਪਾਸ ਤੋਂ ਪਲਾਨ ਹੈ, ਜਿਸ ਦਿਨ ਸਰਕਾਰ ਬਣ ਗਈ ਹਮ ਤੋ ਖਜ਼ਾਨਾ 50,000 ਕਰੋੜ ਮੈਂ ਐਸੀ ਲੈ ਆਊਂਗਾ, ਅਤੇ ਅੱਜ 8,000 ਕਰੋੜ ਕਿਵੇਂ ਕਰਜ਼ਾ ਚੜ੍ਹ ਗਿਆ 2 ਮਹੀਨਿਆਂ 'ਚ? ਅੱਜ ਕੇਜਰੀਵਾਲ ਸਾਹਿਬ ਜੱਸਣ, ਕਿੱਥੇ ਗਏ ਉਹ ਪਲਾਨ? ਅੱਜ ਸਿਰਫ ਤੁਸੀਂ ਡੀਲਾਂ ਕਰਨ ਜੋਗੇ ਹੋ, ਅੱਜ ਸਿਰਫ ਰਾਜ ਸਭਾ ਵੇਚਣ ਜੋਗੇ ਹੋ, 5 ਰਾਜ ਸਭਾ ਵੇਚਤੀਆਂ, ਕਿਹੜਾ ਪੰਜਾਬੀ ਜਾ ਕੇ ਪੰਜਾਬ ਦੀ ਗੱਲ ਪਾਰਲੀਮੈਂਟ 'ਚ ਕਰੂਗਾ? ਤੁਸੀਂ ਸਿਰਫ ਸੌਦੇ ਕਰਨ ਆਏ ਹੋ ਇੱਥੇ ਪੰਜਾਬੀਆਂ ਦੇ? ਮਾਨ ਸਾਹਿਬ ਇਹ ਬੰਦ ਕਰਾਓ, ਸਾਰਾ ਕੁਛ ਆਪਦੇ ਹੱਥ 'ਚ ਲਓ, ਨਾ ਪੰਜਾਬ ਨੂੰ ਵੇਚੋ, ਨਾ ਗਿਰਵੀ ਰੱਖੋ ਪੰਜਾਬ ਨੂੰ, ਪੰਜਾਬ ਦੀ ਗੈਰੀਅਤ ਨੂੰ ਨਾ ਲਲਕਾਰੋ। ਕੱਲ੍ਹ ਰਾਣਾ ਸੋਢੀ ਨਾਲ ਵੀ ਗੱਲਬਾਤ ਹੋਈ ਸੀ, ਉਹਨਾਂ ਨੇ ਕਿਹਾ ਕਿ ਨਾ ਸਿਰਫ ਕਾਂਗਰਸ ਬਲਕਿ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਜਿਹੇ ਸੰਪਰਕ ਦੇ ਵਿੱਚ ਨੇ ਭਾਜਪਾ ਦੇ, ਅਤੇ ਆਉਣ ਵਾਲੇ ਦਿਨਾਂ 'ਚ ਨਜ਼ਰ ਆ ਸਕਦੇ ਨੇ। ਬਿਲਕੁਲ ਸਹੀ ਕਿਹਾ ਸੋਢੀ ਸਾਹਿਬ ਨੇ, ਤੁਸੀਂ ਦੇਖਿਆ ਅੱਗੇ ਕਿੱਡੇ ਕਿੱਡੇ ਚਿਹਰੇ ਜੁਆਇਨ ਕੀਤੇ ਆ ਸਾਡੇ ਸੰਪਰਕ 'ਚ, ਇਕੱਲੇ ਆਮ ਆਦਮੀ ਦੇ ਨਹੀਂ, ਸਿਟਿੰਗ MLA ਵੀ ਹੈ ਸਾਡੇ ਕੋਲ, ਕਾਂਗਰਸ ਵਾਲੇ ਵੀ ਜਿਹੜੇ ਲੀਡਰ ਹੈ, ਅਕਾਲੀ ਦਲ ਵਾਲੇ ਵੀ, ਸਾਰੀਆਂ ਪਾਰਟੀਆਂ ਦੇ ਲੀਡਰ ਜੁਆਇਨ ਕਰਨਾ ਚਾਹੁੰਦੇ ਆ। ਦੌੜ ਲੱਗੀ ਹੈ ਕਿ ਮੈਂ ਪਿੱਛੇ ਨਾ ਰਹਿ ਜਾ, ਮੈਂ ਨਾ ਰਹਿ ਜਾ, ਕਿਉਂਕਿ ਲੋਕਾਂ ਨੇ ਦੇਖ ਲਿਆ ਜੇ ਕੋਈ ਪੰਜਾਬ ਦਾ ਭਲਾ ਕਰ ਸਕਦਾ, ਜੇ ਕੋਈ ਲਾਅ ਐਂਡ ਆਰਡਰ ਮੇਨਟੇਨ ਕਰ ਸਕਦਾ, ਜੇ ਕੋਈ ਇੱਥੇ ਸੁਰੱਖਿਆ ਦੇ ਸਕਦਾ, ਜਿੱਥੇ ਬੱਚੇ ਸੇਫ ਰਹਿਣ, ਕੋਈ ਕਾਰੋਬਾਰ ਚੱਲ ਸਕੇ, ਇੰਡਸਟਰੀ ਚੱਲ ਸਕੇ, ਤਾਂ ਸਿਰਫ ਔਰ ਸਿਰਫ ਨਰਿੰਦਰ ਮੋਦੀ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ ਇੱਥੇ ਪੰਜਾਬ ਦੇ ਵਿੱਚ ਲਿਆ ਸਕਦੀ। ਲੋਕ ਉਸ ਸੋਚ ਦੇ ਨਾਲ ਜੁੜਨਾ ਚਾਹੁੰਦੇ ਆ, ਉਸ ਪਾਰਟੀ ਦੇ ਨਾਲ ਤਾਂ ਜੁੜਨਾ ਚਾਹੁੰਦੇ ਕਿਉਂਕਿ ਹਰੇਕ ਪੰਜਾਬ ਨੂੰ ਪਿਆਰ ਕਰਦਾ। ਵਿਰੋਧੀ ਧਿਰ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜਿਹਨਾਂ ਨੂੰ ਥਾਂ ਨਹੀਂ ਮਿਲੀ, ਜਿਹਨਾਂ ਨੂੰ ਜਗ੍ਹਾ ਨਹੀਂ ਮਿਲੀ, ਕਿਉਂਕਿ ਪਿਛਲੀ ਵਾਰ ਤੋਂ ਇਲੈਕਸ਼ਨ ਹਾਰ ਗਏ, ਹੁਣ BJP 'ਤੇ ਸ਼ਾਮਿਲ ਹੋ ਗਏ, BJP ਜੇ ਹੈ ਕਾਂਗਰਸ ਦਾ ਕੂੜਾ, ਰਾਘਵ ਚੱਡਾ ਦਾ ਟਵੀਟ ਹੈ, ਕਾਂਗਰਸ ਦਾ ਕੂੜਾ ਜਿਹਾ ਇਕੱਠਾ ਕਰ ਰਹੀ ਹੈ, ਇਹਦੇ ਨਾਲ ਕੁਛ ਹੋ ਨਹੀਂ ਸਕਦਾ। ਅਤੇ ਰਾਘਵ ਚੱਡਾ ਜੀ ਨੂੰ ਕਹੋ, ਜੇ ਕਾਂਗਰਸ ਦਾ ਕੂੜਾ ਸੀ, ਤੁਸੀਂ ਉਹਨਾਂ ਦੇ ਘਰ ਕਿਉਂ ਜਾ ਬੈਠੇ ਸੀ ਵੀ ਅਸੀਂ ਤੁਹਾਨੂੰ ਰਾਜ ਸਭਾ ਦਿੰਦੇ ਹਾਂ, ਅਸੀਂ ਤੁਹਾਨੂੰ ਰਾਜ ਸਭਾ ਦੇਤੀ ਹੈ, ਅਤੇ ਉਦੋਂ ਇਹ ਕੂੜਾ ਕਿੱਥੇ ਗਿਆ ਸੀ? ਜਿਹੜਾ ਇਹਨਾਂ ਕੋਲ ਚਲੇ ਜਾਵੇ ਉਹ ਗੁਲਾਬ ਦਾ ਫੁੱਲ ਬਣ ਜਾਂਦਾ, ਦੂਜਾ ਕੂੜਾ ਹੋ ਜਾਂਦਾ। ਪੰਜਾਬੀਆਂ ਨੂੰ ਕੂੜਾ ਕਹਿ ਰਹੇ ਆ, ਯਾਦ ਰੱਖਣੋ, ਦਿਨ ਦੂਰ ਨਹੀਂ ਜਿੱਦਣ ਪੰਜਾਬੀ ਇਹਨਾਂ ਦੇ ਦਿਮਾਗ 'ਚ ਹੀ ਕੂੜਾ ਭਰ ਕੇ ਭੇਜਣਗੇ। ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲੈਂਦੇ, ਜਿਸ ਤਰ੍ਹਾਂ ਦੇ ਨਾਲ ਕਤਲੇਆਮ
बड़ा हालात माड़े, हरेक परिवार घरों निकलन नूं डरदा, शाम नूं 84 दे दुकान वाले पासे नूं लई जांदे आ। तुसीं आप घरों जाणा होवे शाम नूं बंदां दा नेरा हो गया, ना जाइए, दिन खड़े भी उत्थे जांदा जिथे कोई चंगा कोई रौनक मेला होवे। हालात बन गए, पता ही नहीं, वीडियो आ रही लुट्टां खोहां दियां, ड्रग्स दियां, मर्डर दियां, किसी चीज़ ते कोई एक्शन नहीं। एक ही जवाब आंदा, कार्रवाई होगी, वह भी दिल्लियों पुछ के। ये तो ही रहना, मैं फिर क्या, वो मौत की लाशों की राजनीति खेड रहे केजरीवाल साहब। ਪਰਮਿੰਦਰ ਜੀ, ਲਾਸਟ ਸਵਾਲ ਹੈਗਾ, ਜਥੇਦਾਰ ਦਾ ਕੱਲ੍ਹ ਦਾ ਬਿਆਨ ਕਿਵੇਂ ਦੇਖਦੇ ਹੋ? ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਜਾਊਗੀ ਅਤੇ ਨਾਲ ਸ਼ੂਟਿੰਗ ਰੇਂਜ ਬਣਾਈ ਜਾਊਗੀ? ਦੇਖੋ, ਜਥੇਦਾਰ ਸਾਹਿਬ ਸੁਪਰੀਮ ਹੈ, ਮੈਂ ਉਸ 'ਤੇ ਨਾ ਕੋਈ ਟਿੱਪਣੀ ਹੱਕ 'ਚ ਕਰਨੀ ਚਾਹੁੰਦਾ, ਨਾ ਉਹਨਾਂ ਦੇ ਕੋਈ ਵਿਰੋਧ ਕਰਨੀ ਚਾਹੁੰਦਾ। ਉਹ ਕੌਮ ਦੇ ਜਥੇਦਾਰ ਆ, ਉਹ ਜਿਵੇਂ ਕੌਮ ਨੂੰ ਸੇਧ ਦੇਣੀ ਚਾਹੁੰਦੇ ਦੇ ਸਕਦੇ। ਬਹੁਤ ਬਹੁਤ ਧੰਨਵਾਦ ਇਸ ਨਾਲ। ਸਾਡੇ ਨਾਲ ਪਰਮਿੰਦਰ ਸਿੰਘ ਜੋ ਬਰਾੜ ਜੋ ਦੱਸ ਰਹੇ ਸੀ, ਨਾ ਸਿਰਫ ਆਮ ਆਦਮੀ ਪਾਰਟੀ ਕਾਂਗਰਸ ਅਤੇ ਨਾਲ ਹੀ ਸਿਟਿੰਗ ਐਮ ਐਲ ਏ ਜੇ ਹੈ ਭਾਜਪਾ ਦੇ ਨਾਲ ਸੰਪਰਕ ਦੇ ਵਿਚਕਾਰ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿਚਕਾਰ ਬਹੁਤ ਕੁਛ ਦੇਖਿਆ ਜਾ ਸਕਦਾ ਹੈ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਰਵਾਨ, ਦੈਨਿਕ ਸਵੇਰਾ ਟੀਵੀ। ਬਾਬਾ ਯਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ, ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦ ਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ, ਬਾਬਾ ਯਮੀਨ ਬੰਗਾਲੀ, 96435032321।